ਚ ਅੱਧਾ ਆਪਣੀ ਗੱਡੀ ਚ ਤੇ ਕਰਦੇ ਆ ਸ਼ਿਫਟ। ਜੀ ਤਾਂ ਨਹੀਂ ਕਰਦਾ ਪਰ ਕਰਨਾ ਪੈਣਾ। ਚੱਲਿਆ ਪਿੰਕੂ ਸਮਾਨ ਲੈ ਕੇ, ਕਰਦੀ ਸ਼ਿਫਟਿੰਗ ਵੀ ਹੋ ਰਹੀ ਆ। ਓਕੇ, ਬਾਕੀ ਤੁਹਾਨੂੰ ਵਲੌਗ ਚ ਵਿਖਾਵਾਂਗੇ ਘਰ ਆਪਣਾ। ਲੋ ਵੀ ਸਮਾਨ ਹੋ ਗਿਆ ਰੈਡੀ, ਘਰ ਸ਼ਿਫਟ ਕਰਨ ਲੱਗੇ ਸੀਗੇ। ਆ ਆਪਣਾ ਰੂਮ ਜਿੰਦੇ 'ਚ ਰਹਿੰਦੇ ਸੀ, ਇਹ ਹੁਣ ਆਪਾਂ ਛੱਡ ਦੇਣਾ। ਆ ਦੂਜਾ ਰੂਮ ਹੈ, ਆ ਆਪਣਾ ਸਮਾਨ ਹੈਗਾ ਸਿੱਟਣ ਵਾਲਾ, ਉਹ ਆਪਾਂ ਲੈ ਕੇ ਜਾਣਾ। ਆ ਡੈਡੀ ਇਹ ਪਏ ਆ, ਘਰ ਬੜਾ ਸੋਹਣਾ ਸੀ ਯਾਰ। ਆ ਬਾਬਾ ਆਪਣਾ, ਇਹ ਵੀ ਲੈ ਕੇ ਜਾਣਾ ਆਪਾਂ ਨਾਲ। ਆਪਣਾ ਬਾਹਰਲਾ ਸੀਗਾ ਦੇ, ਆ ਮਨੀ ਪਲਾਂਟ ਯਾਰ ਸੁੱਕ ਗਿਆ, ਇਹ ਵੀ ਲੈ ਕੇ ਜਾਣਾ। ਸੱਚ ਇਹ ਮਨੀ ਪਲਾਂਟ ਵੀ ਲੈ ਕੇ ਜਾਣਾ ਬਾਈ। ਆਪਣਾ ਇਲੈਕਟ੍ਰਿਕ ਸਾਈਕਲ, ਆ ਵਿਊ ਆ ਇੱਥੋਂ ਦਾ। ਅਤੇ ਬਾਕੀ ਸਮਾਨ ਸ਼ਿਫਟ ਕਰਨ ਲੱਗਦਾ, ਉਹ ਸੁੱਤਾ ਪਿਆ ਦੋਵੇਂ। ਉਹ ਵੀ ਕਰਦੀ ਹੋ ਗਈ ਸ਼ਿਫਟਿੰਗ ਸ਼ੁਰੂ, ਕੰਮ ਤੋਂ ਆਇਆ ਸੀਗਾ ਹੁਣੇ। ਮੈਂ ਵੀ ਰੁਲਿਆ ਜਿਹਾ ਪਿਆ ਅਤੇ ਹੁਣ ਮੈਂ ਚੱਲਿਆ ਸਮਾਨ ਛੱਡਣ ਅਤੇ ਕਰਦੇ ਹਾਂ ਸ਼ਿਫਟ ਸ਼ੁਰੂ। ਹੋ ਗਈ ਲਿਫਟ ਭਰਤੀ ਸਾਰੀ, ਆਪਾਂ ਸਮਾਨ ਨਾਲ ਸਮਾਨ ਛੱਡਣ ਚਾਹੁੰਦੇ ਹਾਂ। ਕੰਮ ਤੋਂ ਹੋ ਗਏ ਸੀ ਲੇਟ, ਸ਼ਿਫਟ ਕਰਦੇ ਹਾਂ ਬਈ। ਦਿਖਾਉਂਦੇ ਤੁਹਾਨੂੰ ਨਾਲੇ ਦੂਜਾ ਘਰ ਵੀ ਆਪਣਾ, ਅਤੇ ਆ ਸਾਰਾ ਸਮਾਨ ਆਪਾਂ ਲਿਫਟ 'ਚ ਪਾ ਲਿਆ ਅਤੇ ਹੁਣ ਜਾਂਦੇ ਹਾਂ ਥੱਲੇ। ਦੇਖੋ ਬਈ ਸਮਾਨ ਅੱਧਾ ਕੁ ਸੁੱਟਣ ਵਾਲਾ, ਅੱਧਾ ਕੁ ਲਿਜਾਣ ਵਾਲਾ, ਟੋਕਰੀਆਂ ਜਾਂ ਸੁੱਟਣ ਵਾਲੀਆਂ। ਅਤੇ ਬਾਕੀ ਤੁਹਾਨੂੰ ਨਵਾਂ ਘਰ ਵਿਖਾਵਾਂਗੇ ਕਿਵੇਂ ਦਾ ਕਿਵੇਂ ਨਹੀਂ, ਰੱਖਦੇ ਹਾਂ। ਚਲੋ ਬਈ, ਲਓ ਬਾਈ ਜੀ, ਜਿੰਨਾ ਗੱਡੀ ਸਮਾਨ ਆਇਆ ਰੱਖ ਲਿਆ, ਅਤੇ ਬਾਕੀ ਉਹ ਸਕਿੱਪ 'ਚ ਸਿੱਟਤਾ। ਅਤੇ ਉਹ ਇਹ ਡਿੱਗੀ ਬਹੁਤ ਭੜੀ ਵੱਜਣ ਲੱਗ ਗਈ, ਰਹਿੰਦੇ ਖਰਾਬ ਹੋ ਗਿਆ। ਬਾਕੀ ਹੁਣ ਚੱਲਦੇ ਹਾਂ ਆਪਾਂ ਦੂਜੇ ਘਰੇ, ਦਿਖਾ ਦਾ ਆਪਣਾ ਬੈਠਣ ਨੂੰ ਬਣਾਵਾਂਗੇ ਇਹ ਆਪਣਾ। ਇੱਥੇ ਬੈਠਿਆ ਕਰਾਂਗੇ, ਇੱਥੇ ਮੈਂ ਆਪਾਂ ਲਾ ਕੇ ਬਾਰਬੀਕਿਊ ਕੁਰਸੀਆਂ ਲਾ ਕੇ ਅਤੇ ਇੱਥੇ ਬਿਠਾ ਬੈਠਣ ਬਣਾਵਾਂਗੇ। ਇਹ ਆਪਣੀ ਆ ਗਈ ਕਿਚਨ, ਅਤੇ ਇਹਨੂੰ ਕਰਾਂਗੇ ਯਾਰ ਸੈੱਟ ਮਾਹੌਲ ਦਾ। ਕਿਚਨ ਬਹੁਤ ਵੱਡੀ ਆ ਆਪਣੀ। ਆ ਆਪਣੀ ਲਾਈਟ ਵੱਜਦੀ ਨਹੀਂ ਅੱਖਾਂ 'ਚ, ਇਹ ਗਿਫਟ ਮਿਲੀ ਸੀ ਆਪਾਂ ਨੂੰ। ਲੋ ਵੀ ਆ ਇੱਥੇ ਆਪਾਂ ਸਮਾਨ ਟਿਕਾਤਾ ਆਪਦਾ ਸਾਰਾ ਜੋ ਵੀ ਸੀਗਾ ਇੱਕ ਰੂਮ 'ਚ, ਅਤੇ ਹੌਲੀ ਹੌਲੀ ਇਹਨੂੰ ਸੈੱਟ ਕਰਾਂਗੇ ਹਰ ਇਕੱਲੇ ਇਕੱਲੇ ਕਮਰੇ 'ਚ ਜੋ ਵੀ ਹੁੰਦਾ, ਅਤੇ ਸੈੱਟ ਮਾਹੌਲ ਕਰਾਂਗੇ। ਆ ਆਪਣਾ ਆ ਗਿਆ, ਇਹ ਆ ਗਿਆ ਆਪਣਾ ਦੋ, ਇੱਥੇ ਇਹਨਾਂ ਨੇ ਟੋਇਲਟ ਵਾਸ਼ਰੂਮ ਦਿੱਤੇ ਹੋਏ ਆ। ਆ ਨਹਾਉਣ ਵਾਲਾ ਜਗਾਰਡਮੈਂਟ, ਅਤੇ ਬਾਕੀ ਤੁਹਾਨੂੰ ਸੈੱਟ ਵਿਖਾਵਾਂਗੇ ਕਾਰ ਆ ਇੱਧਰ। ਇੱਥੇ ਪਿਆਰਾਂ ਦਾ ਬੈਡਰੂਮ ਆ, ਅਲਮਾਰੀ ਆ, ਪੰਜ ਰੂਮ ਆ ਇੱਥੇ, ਅਤੇ ਇਹ ਨਿੱਕਾ ਜਿਹਾ ਰੂਮ ਵੈਸੇ ਇਹਨਾਂ ਨੇ ਬਣਾਇਆ ਹੋਇਆ, ਅਤੇ ਇੱਕ ਆਹ ਲਿਵਿੰਗ ਏਰੀਆ, ਅਤੇ ਆਪਾਂ ਲਾਵਾਂਗੇ ਸੋਫੇ ਸੂਫੇ ਸਾਰਾ ਕੁਛ ਕਰ ਕਾਂ ਸੈੱਟ। ਇਹਨਾਂ ਦੀ ਸੀਨਰੀ ਵੀ ਲੱਗੀ ਹੋਈ ਆ ਵੈਸੇ। ਇਹਦੀ ਸਫਾਈ ਹੋ ਗਈ ਸ਼ੁਰੂ, ਕਰੀ ਇਹਨਾਂ ਸਫਾਈ ਸਾਰੇ ਡਰੋ ਸਾਫ ਕਰਕੇ, ਮੋਨਸਟਰ ਐਨਰਜੀ ਨਾਲ ਪੀ ਕੇ ਸਫਾਈ ਕਰਦਾ ਸ਼ੁਰੂ। ਅਤੇ ਆਹ ਸਕੂਬਾ ਇਹਦੇ ਨਾਲ ਕਰਾਂਗੇ ਅੱਜ ਸਫਾਈ, ਅਤੇ ਬਾਕੀ ਸਾਰਾ ਸੈੱਟ ਸੁੱਟ ਕਰਕੇ ਮਾਹੌਲ, ਅਤੇ ਫਿਰ ਤੁਹਾਨੂੰ ਵਲੌਗ ਦਿਖਾਵਾਂਗੇ। ਰਸੋਈ ਬਹੁਤ ਵੱਡੀ ਆ ਯਾਰ, ਹੋਰ ਗੱਲਾਂ ਦੀਆਂ ਗੱਲਾਂ ਕਿ ਗੈਸ ਆ, ਅਤੇ ਐਂ ਦਾ ਉਹ ਦਿੱਤਾ ਹੋਇਆ, ਮਤਲਬ ਇਹਨੂੰ ਮੈਨੂੰ ਬੋਲਣਾ ਨਹੀਂ ਆਉਂਦਾ ਇੰਗਲਿਸ਼ 'ਚ ਕੀ ਕਹਿੰਦੇ ਹੁੰਦੇ ਆ। ਬਾਕੀ ਕਰਦਾ ਮੈਂ ਰੋਡ ਸਾਰਾ, ਡਰੋ ਡਰੂ ਸਾਰੇ ਸਾਫ ਕਰਕੇ ਜੋ ਵੀ ਹੈਗਾ ਸਾਰਾ ਕੁਛ, ਜਿਹੜਾ ਸਿੱਟਣ ਵਾਲਾ ਉਹ ਸਿੱਟ ਦਾਂਗੇ, ਆਹ ਡਰੋ ਸਾਫ ਕਰਕੇ ਸਾਰਾ ਕੁਛ। ਆਹ ਤਾਂ ਮੈਂ ਸਾਫ ਕਰਤੇ ਆ ਸਾਰਾ ਉੱਤੋਂ, ਬਾਕੀ ਦੇਖਦੇ ਹਾਂ ਫਿਰ ਅੱਗੇ ਦਿਖਾਉਂਦੇ ਹਾਂ ਤੁਹਾਨੂੰ। ਲਓ ਬਈ, ਬੈਡਰੂਮ ਆਪਾਂ ਕਰਤਾ ਇੱਕ ਵਾਰੀ ਸੈੱਟ ਮਾਹੌਲ ਐਵੇਂ ਦਾ, ਅਤੇ ਬਾਕੀ ਹੁਣ ਦੇਖਦੇ ਹਾਂ। ਭਲਵਾਨ ਆਪਣੀ ਹੈਲਪ ਕਰਾਉਣ ਆਇਆ ਸੀਗਾ, ਆ ਰਿਹਾ ਇੱਕ ਰੂਮ, ਭਲਵਾਨ ਹੈਲਪ ਕਰਾਈ ਜਾਂਦਾ, ਭਲਵਾਨ ਪੋਚਾ ਲਾਈ ਜਾਂਦਾ। ਭਲਵਾਨ ਹੈਲਪ ਕਰਾਉਣ ਆਇਆ, ਕਹਿੰਦਾ ਬਈ ਕੰਮ ਬਹੁਤ, ਅਤੇ ਆ ਦੇਖੋ ਇਹਨੂੰ ਕਰਦੇ ਹਾਂ ਸਾਰਾ ਸਿਸਟਮ ਬੋਟ ਬੋਟ। ਕਿਚਨ ਵੀ ਮੈਂ ਕਰਤੀ ਸੀ ਰੈਡੀ, ਸਾਫ਼ ਸੁਫ ਕਰਕੇ ਫੋਨ ਰੱਖਤਾ ਸੀਗਾ, ਅਤੇ ਲੱਗੇ ਹੋਏ ਹਾਂ ਬਈ
ਸਮਾਨ ਉਧਰ ਲੱਗਿਆ ਹੋਇਆ ਕਰਦੇ ਹਾਂ ਕਿ ਨਾ ਸਾਰਾ ਸਾਫ ਹੋ ਜਾ ਸਾਰਾ ਪੱਟ ਲੈਣਾ ਆਪਾਂ ਤਾਂ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਅਤੇ ਕਰਦੇ ਹਾਂ ਲੋਟ ਨਾ ਆਹ ਗੁਲਾਬ ਦਾ ਬੂਟਾ ਲੱਗਿਆ ਸੀ ਆਪਣੇ ਘਰ ਦੇ ਮੂਹਰੇ ਅਤੇ ਇਹਨੂੰ ਕੋਈ ਪਾਣੀ ਪੂਣੀ ਨਹੀਂ ਪੈਂਦਾ ਸੀ ਕਿੰਨਾ ਚਿਰ ਹੀ ਹੋ ਗਿਆ ਅਤੇ ਹੁਣ ਇਹਦੀ ਕਿਆਰੀ ਕਰੀ ਬਣਾ ਕੇ ਅਤੇ ਪਾਣੀ ਪੂਣੀ ਪਾ ਕੇ ਅਤੇ ਇਹਨੂੰ ਸੈੱਟ ਕਰਾਂਗੇ ਆਹ ਪਤਾ ਨਹੀਂ ਕਿਹੜਾ ਮਰਸੜੀ ਲਾ ਗਿਆ ਆਪਣੇ ਘਰ ਅੱਗੇ ਆਪਣਾ ਖੜਾ ਸੈੱਟ ਕਰਦੇ ਹਾਂ ਭਲਵਾਨ ਦਾ ਝਾੜੂ ਦੇਖੋ ਚੈੱਕ ਕਰੋ ਭਲਵਾਨ ਦਾ ਝਾੜੂ ਸਿਰਾ ਭਲਵਾਨ ਚੈੱਕ ਕਰੋ ਭਲਵਾਨ ਦਾ ਝਾੜੂ ਕਿਆ ਬਾਤ ਬਸ ਹੋ ਗਈ ਸਾਫ਼ ਸਫਾਈ ਕੰਪਲੀਟ ਆਪਣੀ ਉੱਧਰੋਂ ਸਾਰਾ ਕੁਛ ਕਰਤਾ ਇੱਧਰੋਂ ਵੀ ਆ ਇੱਥੇ ਆਪਾਂ ਗੱਡੀ ਲਾਇਆ ਕਰਾਂਗੇ ਗੱਡੀ ਪਾਰਕ ਹੋ ਜਾਇਆ ਕਰੂਗੀ ਆਪਣੀ ਕੰਮ ਕਰਨ ਤੋਂ ਬਾਅਦ ਚੱਕ ਲਈਆਂ ਹੈਲਾਂ ਭਲਵਾਨ ਕਹਿੰਦਾ ਹੈਲਾਂ ਪਈਆਂ ਐਨਰਜੀ ਫੁੱਲ ਲਿਆਵਾਂਗੇ ਹੁਣ ਗਰੋਸਰੀ ਲੱਦ ਲਿਆ ਗੱਡੀ 'ਚ ਓਏ ਚੱਲ ਚਲੀਏ ਦੂਜੇ ਘਰੇ ਮੂੰਹ ਨਾ ਸਿੱਟ ਸਾਰੀ ਗੱਡੀ ਭਰਤੀ ਸਮਾਨਾਂ ਨਾਲ ਡਿੱਗੇ 'ਚ ਵੀ ਪਿਆ ਚੱਲਦੇ ਹਾਂ ਦੂਜੇ ਨਵੇਂ ਘਰੇ ਕੋਟ ਸਾਹਿਬ ਦੇਖਾ ਬਾਬਾ ਕੰਮ ਕਰਦਾ ਇੰਨੀ ਉਮਰ ਹੋ ਗਈ ਬਾਬੇ ਦੀ ਮਤਲਬ 70-80 ਸਾਲ ਉਮਰ ਆ ਅਜੇ ਵੀ ਪੈਰਾਂ ਦਾ ਕੰਮ ਸੈੱਟ ਕਰੀ ਜਾਂਦਾ ਆਪਣੇ ਵਾਲੇ ਬੜੇ ਮੰਦੇ 'ਚ ਪਏ ਹੁੰਦੇ ਲਾਵੇ ਲਾਵੇ ਯਾਰ ਇੱਥੇ ਇੱਦਾਂ ਟਾਇਰ ਚੱਲੀ ਕਿਵੇਂ ਜਾਂਦਾ ਜੀ ਦੇ ਤਾਰਾਂ ਹੀ ਨਿਕਲੀਆਂ ਪੈਂਦੀਆਂ ਲਓ ਬਾਈ ਨਵੇਂ ਘਰ ਪਹਿਲੀ ਰੋਟੀ ਆਪਣੀ ਹੋ ਗਈ ਰੈਡੀ ਰੂਮ ਵੀ ਆਪਣਾ ਹੋ ਗਿਆ ਰੈਡੀ ਸਾਰਾ ਲਾ ਤਾ ਸਿਸਟਮ ਕਰਤਾ ਜੀ ਸੈੱਟ ਇਹ ਵੀ ਆਪਣਾ ਬੂਟੇ ਲਾ ਦੀਏ ਨਵੇਂ ਘਰੇ ਆਹ ਆਪਣਾ ਖੀਰਿਆਂ ਦੇ ਬੂਟੇ ਆ ਆਹ ਮਿਰਚਾਂ ਮੈਂ ਲਾ ਤੀਆਂ ਠੀਕ ਆ ਅਤੇ ਬਾਕੀ ਦਿਖਾਉਂਦਾ ਤੁਹਾਨੂੰ ਜਦੋਂ ਇਹ ਖੀਰੇ ਖੂਰੇ ਲੱਗ ਗਏ ਉਹ ਵੀ ਦਿਖਾਵਾਂਗੇ ਤੁਹਾਨੂੰ ਆਹ ਮਿਰਚਾਂ ਮੁਰਚਾਂ ਮੈਂ ਲਾਈ ਇਹਨਾਂ ਖੀਰੇ ਲਾ ਦੀਏ ਆਹ ਪਿਛਲਾ ਆਪਣਾ ਵਿਹੜਾ ਆਪਣਾ ਏਰੀਆ ਬਾਹਰ ਵਾਲਾ ਇੱਥੇ ਘਾਹ ਜਿਹਾ ਵਿਛਾਤਾ ਮੈਂ ਅਤੇ ਆਹ ਇੱਥੇ ਮੈਂ ਬਣਾਇਆ ਸੀਗਾ ਆਪਾਂ ਹਾਂ ਲੱਕੜ ਦਾ ਇਹ ਘਰੇ ਆਪ ਹੀ ਤਿਆਰ ਕੀਤਾ ਅਤੇ ਇਹਨੂੰ ਇੱਥੇ ਲਾ ਕੇ ਸੈੱਟ ਕਰਦੇ ਹਾਂ ਉਹ ਵੈਲ ਕਿਚਨ ਆਪਣੀ ਗਾਲ ਹੋ ਰਹੀ ਲਾਈਟਾਂ ਲੁੱਟਾਂ ਲੱਗੀਆਂ ਕਿਆ ਬਾਤ ਹੈ ਤਵਾ ਲਓ ਵੀ ਮਿੱਤਰ ਆ ਜਾ ਮਿੱਤਰ ਪਿਆਰੇ ਲਾਈਏ ਤੈਨੂੰ ਕੰਟੇਨਰ ਆ ਗਿਆ ਲਾਉਣ ਦੀ ਤਿਆਰੀ 'ਚ ਕੰਟੇਨਰ ਗਿਆ ਖੁੱਲ ਮੈਂ ਟੇਡੇ 'ਚ ਬਣਾ ਰਿਹਾ ਲਿਵਿੰਗ ਏਰੀਆ ਚੈੱਕ ਕਰੋ ਲਾ ਤੇ ਸੋਫੇ ਸੂਫੇ ਬਾਬਾ ਵੀ ਸਜਾ ਤਾ ਉਰੇ ਘੈਂਟ ਬਣ ਗਿਆ ਸਿਸਟਮ ਸਾਰਾ ਵੀ ਆਪਣਾ ਆਪਣਾ ਦੂਜਾ ਬੈਡਰੂਮ ਇੱਕ ਬੈੱਡ 'ਤੇ ਛੋਟਾ ਸਜਾ ਤਾ ਇੱਕ 'ਤੇ ਵੱਡਾ ਡੈਡੀ ਇਹ ਦੂਜਾ ਬੈਡਰੂਮ ਆਪਣਾ ਓਕੇ ਰਿਪੋਰਟ ਹੋ ਗਿਆ ਕੰਮ ਉਹ ਵੀ ਆਪਾਂ ਲਾ ਤਾ ਸੀ ਘਾਹ ਘੂਰੇ ਕੁਰਸੀ ਵੀ ਰੱਖਤੀ ਉਹ ਗੱਡੀ ਪਾ ਕੇ ਬਣਾ ਤੀ ਇੱਥੇ ਹੁਣ ਆਪਾਂ ਲਾਵਾਂਗੇ ਪੈਰਾਂ ਦਾ ਨਾ ਬਣਾ ਕੇ ਉਹਨੂੰ ਰੰਗ ਰੁੰਗ ਕਰਕੇ ਉਹ ਵੀ ਲਾਊਂਗਾ ਮੈਂ ਇੱਥੇ ਉਹ ਤੁਹਾਨੂੰ ਅਗਲੇ ਵਲੋਗ 'ਚ ਦਿਖਾਵਾਂਗੇ ਆ ਇੱਥੇ ਚੈੱਕ ਕਰੋ ਲਾ ਤਾ ਬਈ